ਜੈਸੀਆਂ ਆਉਂਦਾ ਗਿਰੀ ਅਤੇ ਆਲੀਸ਼ਾਨ ਲਵਾ ਦਿਓ ਤੋਂ ਅੱਗੇ 40 ਕਿਲੋਮੀਟਰ ਟੂਰਿਸਟ ਏਰੀਆ। ਆਲੀਸ਼ਾਨ ਨੇ ਬੈਗ ਪਾਇਆ ਹੋਇਆ ਅਤੇ ਆਲੀਸ਼ਾਨ ਦੀ ਫਰੈਂਡ ਨੇ ਵੀ ਐਡਰੈਸ ਪਾਈ ਹੋਈ ਆ। ਅਤੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕੁਛ ਨਿਊ ਅਤੇ ਸਾਡੇ ਨਾਲ ਬਣੇ ਰਹੋ। ਦੇਖੋ ਜੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਆਪਣੇ ਇੰਡੀਆ ਵਾਲੇ ਜੋ ਇੰਡੀਆ ਵੇਖਦੇ ਨੇ ਉਹਨਾਂ ਨੂੰ ਸਮਝਾ ਦਈਏ ਸਿੰਪਲ ਤਰੀਕੇ ਨਾਲ ਜਿਵੇਂ ਸ਼ਿਮਲੇ ਵਗੈਰਾ ਜਾਂਦੇ ਨੇ ਉਸ ਤਰ੍ਹਾਂ ਦਾ ਇਲਾਕਾ। ਅਤੇ ਪਰ ਇੱਥੇ ਲਾਗੇ ਬੀਚ ਵੀ ਆ ਅਤੇ ਪਹਾੜੀ ਇਲਾਕਾ ਵੀ ਆ। ਅਤੇ ਗਾਇਸ ਬਣੇ ਰਹੋ ਫਿਰ ਤੁਹਾਨੂੰ ਹੋਰ ਵੀ ਕੁਛ ਵਧੀਆ ਦਿਖਾਵਾਂਗੇ ਇੰਟਰਸਟਿੰਗ ਅਤੇ ਬਲੌਗ ਬੜਾ ਇੰਟਰਸਟਿੰਗ ਹੋਣ ਵਾਲਾ। ਅਤੇ ਇੱਧਰ ਆ ਜਾਓ ਜੀ ਆਲੀਸ਼ਾਨ ਮੰਮਾ ਕੋਲ ਚੱਲ ਪਏ ਇੱਧਰ ਰੋਡ ਆ ਫੋਟੋ ਵੀ ਕਰ ਲਈ। ਹਾਂਜੀ ਪੂਰੇ ਸਟੇਰੀ 'ਚ ਜਿੱਦਾਂ ਹੁੰਦਾ ਹਾਈ ਰੇਟ ਆ ਉਹਨਾਂ ਦਾ ਅਤੇ ਇੱਦਾਂ ਦੇ ਦੇਖੋ ਲੋਕੇਸ਼ਨ ਆ ਸਾਰੀ ਆਸੇ ਪਾਸੇ ਥੋੜ੍ਹਾ ਬਾਹਰ ਨਿਕਲਾਂਗੇ ਤਾਂ ਵਾ ਇਹ ਤਾਂ ਅੰਦਰੋਂ ਤਾਂ ਬਿਲਕੁਲ ਜਿੱਦਾਂ ਗਰੀਸ ਦੇ ਬਾਕੀ ਜਗ੍ਹਾ ਉੱਦਾਂ ਲੱਗਦੀ ਆ ਪਰ ਥੋੜ੍ਹਾ ਅੱਗੇ ਜਾ ਕੇ ਪਤਾ ਲੱਗੂ। ਅਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਥੋੜ੍ਹੀ ਜਿਹੀ ਆਊਟਸਾਈਡ ਦੀ ਲੋਕੇਸ਼ਨ ਦੇਖੋ ਸਾਰੀਆਂ ਬਹੁਤ ਉੱਚੀਆਂ ਉੱਚੀਆਂ ਮਾਊਂਟੇਨ ਆ ਅਤੇ ਉਹਦੇ ਸੈਂਟਰ ਦੇ ਵਿੱਚ ਇੱਕ ਵਿਲੇਜ ਬਣਿਆ ਹੋਇਆ ਵਾ ਅਤੇ ਇੱਥੇ ਵਾਈਟ ਹਾਊਸਿਸ ਆ ਵਾਈਟ ਕਲਰ ਦੇ ਉਹਨਾਂ ਨੂੰ ਵਾਈਟ ਕਲਰ ਕੀਤਾ ਹੋਇਆ ਵਾ ਅਤੇ ਉਹ ਫੈਕਟਰੀ ਆ ਬਹੁਤ ਵੱਡੀ ਇਸ ਪਿੰਡ ਦੇ ਵਿੱਚ ਹੀ। ਦੇਖੋ ਸਾਨੂੰ ਬਹੁਤ ਜ਼ਿਆਦਾ ਪਸੰਦ ਆਈ ਸਾਡਾ ਪਰਸਨਲ ਐਕਸਪੀਰੀਅੰਸ ਆ ਬਾਕੀ ਜਿਹੜੇ ਇੱਥੇ ਗ੍ਰੀਸ ਤੋਂ ਆਏ ਹੋਣਗੇ ਆਪਣੇ ਆਪਣੇ ਸੁਝਾਵ ਜਿਹੜੇ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅਤੇ ਅੱਗੇ ਗ੍ਰੀਨ ਕਾਰ ਦੇ ਵਿੱਚ ਵੀਰ ਜੀ ਜਾ ਰਹੇ ਆ ਅਸੀਂ ਆਪਣੇ ਫਰੈਂਡ ਦੇ ਹਾਊਸ ਦੇ ਵਿੱਚ ਆਏ ਹੋਏ ਹਾਂ ਅਤੇ ਉਹਨਾਂ ਨੇ ਇਨਵਾਈਟ ਕਰਿਆ ਸੀ ਸਾਨੂੰ ਅਤੇ ਦੇਖੋ ਇਹ ਕੀ ਆ ਪੁੱਤ ਇਹ ਕੀ ਆ ਸਕੂਲ ਇਹ ਸਕੂਲ ਆ ਹਾਂਜੀ ਇੱਧਰ ਸਕੂਲ ਸੀ ਅਤੇ ਇੱਧਰ ਦੇਖੋ ਇੱਦਾਂ ਇਹ ਆ ਰੌਕ ਦੇ ਬਣੇ ਹੋਏ ਆ ਜਿੱਦਾਂ ਸਾਰੀਆਂ ਵਾਲ ਜਿਹੜੀਆਂ ਬਣੀਆਂ ਹੋਈਆਂ ਅਤੇ ਇੱਦਾਂ ਦੇ ਦਰਖਤ ਚੀਲ ਦੇ ਬਹੁਤ ਸਾਰੇ ਦਰਖਤ ਆ ਇੱਥੇ ਗ੍ਰੀਨਰੀ ਇੰਨੀ ਜ਼ਿਆਦਾ ਔਰ ਆਹ ਦੇਖੋ ਦੇਖੋ ਨਾਲ ਨਾਲ ਸਮੁੰਦਰ ਆ ਸਮੁੰਦਰ ਦੇ ਨਾਲ ਨਾਲ ਉਹ ਆ ਹਾਂਜੀ ਹਾਂਜੀ ਉਹ ਵੀ ਦਿਖਾਉਂਦੇ ਹਾਂ ਆਹ ਦੇਖੋ ਆਹ ਬੀਚ ਆ ਜਿਹੜਾ ਉੱਪਰ ਦੀ ਦਿਖ ਰਿਹਾ ਸਾਰੇ ਮਾਊਂਟੇਨ ਦੇ ਵਿਚਕਾਰ ਅਤੇ ਆਹ ਦੇਖੋ ਵਿੱਚ ਇਲੀਅਸ ਦੇ ਓਲਿਵ ਓਇਲ ਦੇ ਟ੍ਰੀਜ਼ ਆ ਅਤੇ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਦੇਖੋ ਬਹੁਤ ਹੀ ਪਿਆਰੀ ਈਵਨਿੰਗ ਟਾਈਮ ਆ ਮੇ ਬੀ ਕਿੰਨੇ ਓ ਕਲੋਕ 7 o'clock ਆ ਦੇਖੋ ਇੱਦਾਂ ਵਿਲੇਜ ਵਿਲੇ ਵੀ ਬਣੇ ਹੋਏ ਆ ਦੇਖੋ ਥੱਲੇ ਸਾਰਾ ਇਹ ਪਿੰਡ ਦਿਖ ਰਿਹਾ ਜਿਹਦਾ ਮੈਂ ਨੇਮ ਲੈ ਰਹੀ ਹਾਂ ਮਾਊਂਟੇਨ ਦੇ ਵਿਚਕਾਰ ਬਣਿਆ ਹੋਇਆ ਵਾ ਇਹਦੀ ਆਬਾਦੀ ਮੈਂ ਵੀਰ ਜੀ ਤੋਂ ਪੁੱਛ ਕੇ ਡਿਟੇਲ 'ਚ ਦੱਸੂੰਗੀ ਇੱਥੇ ਆਬਾਦੀ ਕਿੰਨੀ ਆ ਕਿੰਨੇ ਕੁ ਲੋਕ ਆ ਰਹਿੰਦੇ ਜਿਹੜੇ ਆ ਦੇਖੋ ਥੱਲੇ ਓਲਿਵ ਓਇਲ ਦੇ ਟ੍ਰੀ ਆ ਥੱਲੇ ਇੱਦਾਂ ਦਿਖ ਰਿਹਾ ਨਾਲ ਨਾਲ ਖਾਈ ਆ ਅਤੇ ਆਹ ਦੇਖੋ ਟ੍ਰੀ ਕਿੰਨੇ ਸੋਹਣੇ ਲੱਗਦੇ ਆ ਕਿਹੜੇ ਉਹੀ ਵਾਲੇ ਨਾ ਟ੍ਰੀ ਉਹੀ ਆ ਨਾ ਸੇਮ ਪਹਾੜ ਬਣੇ ਹੋਏ ਆ ਜਿੱਦਾਂ ਪਤਾ ਨੀ ਕਿੰਨੀ ਖੂਬਸੂਰਤੀ ਨਾਲ ਉਹਨੂੰ ਕੱਟ ਕੱਟ ਕੇ ਬਣਾਇਆ ਹੁੰਦਾ ਪਰ ਇਹ ਕੁਦਰਤ ਵੱਲੋਂ ਹੀ ਆ ਏਦਾਂ ਹਾਂਜੀ ਸਿੱਧੂ ਸਾਹਿਬ ਅਤੇ ਅਸੀਂ ਦੋਨੋਂ ਇੱਥੇ ਬਹੁਤ ਚੁਕੰਨੇ ਹੋ ਕੇ ਡਰਾਈਵ ਕਰਨੀ ਪੈਂਦੀ ਆ ਕਿਉਂਕਿ ਇਸ ਸਾਈਡ ਦੇ ਉੱਤੇ ਜਿੱਧਰਲੀ ਸਾਈਡ ਨੀਚੇ ਖਾਈ ਆ ਇਹਦੇ ਨੇੜੇ ਨੇੜੇ ਕੋਈ ਵੀ ਚੀਜ਼ ਨਹੀਂ ਲੱਗੀ ਹੋਈ ਕੋਈ ਬਾਉਂਡਰੀ ਕੋਈ ਇੱਦਾਂ ਦੀ ਚੀਜ਼ ਨਹੀਂ ਲੱਗੀ ਹੈਗੀ ਜਿਹੜਾ ਲੌਕ ਕਰ ਦਿਉ ਬੱਚਿਆਂ ਦਾ ਲੌਕ ਕਰ ਦਿਉ ਪਿੱਛੋਂ ਅੱਗੋਂ ਅਤੇ ਇੱਦਾਂ ਸਿੱਧੀ ਸਟੇਟ ਹੀ ਜਾ ਰਹੀ ਆ ਅਤੇ ਇੱਧਰਲੀ ਸਾਈਡ ਆ ਦੇਖੋ ਖਾਈ ਹੁਣ ਮੇਰੇ ਵਾਲੀ ਸਾਈਡ ਆ ਗਈ ਗੋਲ ਗੋਲ ਰਾਊਂਡ 'ਚ ਜਾ ਰਹੇ ਹਾਂ ਅਤੇ ਅਸੀਂ ਅੱਛਾ ਉਹ ਫੈਕਟਰੀ ਦੀ ਪ੍ਰੋਪਰਟੀ ਆ ਹਾਂਜੀ ਉਹ ਵੀਰ ਜੀ ਉਹ ਕੀ ਉਧਰ ਵੀ ਉਹ ਫੈਕਟਰੀ ਆ ਤੇ ਇਹ
ਮਤਲਬ ਉਹਨਾਂ ਦੇ ਸਾਰੀ ਪ੍ਰਾਪਰਟੀ ਉਹਨਾਂ ਦੀ ਆ ਵਾਈਟ ਵਾਲੀ ਦੇ ਦਿੰਦੇ ਲੋਕੀ ਜਿਹੜੇ ਵਰਕਰ ਹੋਣ ਅੱਛਾ ਹਾਂਜੀ ਕਿਹਨਾਂ ਦਾ ਉਹਨਾਂ ਦਾ ਵੱਖਰਾ ਪ੍ਰਾਪਰਟੀ ਹਾਂਜੀ ਹਾਂਜੀ ਫਰੈਂਡਸ ਇਹ ਆ ਵਾਈਟ ਜਿੱਦਾਂ ਹਾਊਸਿਸ ਬਣੇ ਹੋਏ ਆ ਤੇ ਵੀਰ ਜੀ ਜਿੱਦਾਂ ਦੱਸ ਰਹੇ ਉਹਨਾਂ ਦੀ ਡਿਟੇਲ ਦੱਸ ਰਹੀ ਆ ਔਰ ਆ ਇੱਕ ਫੈਕਟਰੀ ਹੈ ਇਹਨਾਂ ਦੀ ਇਹ ਫੈਕਟਰੀ ਦੀ ਪ੍ਰਾਪਰਟੀ ਆ ਵਾਈਟ ਕਲਰ ਦੀ ਤੇ ਸ਼ਾਇਦ ਜ਼ੂਮਿੰਗ ਕਰਨ ਤੇ ਤੁਹਾਨੂੰ ਦਿਖ ਰਿਹਾ ਤੇ ਇਹ ਹੈਗੇ ਆ ਬੱਚਿਆਂ ਦਾ ਹਾਊਸ ਉਹ ਨਹੀਂ ਸਕੂਲ ਸੌਰੀ ਹਾਂਜੀ ਵੇਟ ਕਰੋ ਜਾਓ ਡੈਡਾ ਕੋ ਜਾਓ ਮੈਂ ਵਲੌਗ ਬਣਾ ਰਹੀ ਹਾਂ ਤੇ ਇਹ ਹੈਗੇ ਸਕੂਲ ਤੇ ਆਹ ਦੇਖੋ ਇੰਨੀ ਕੁ ਪਾਪੂਲੇਸ਼ਨ ਆ ਲੋਕਾਂ ਦੀ ਇਹ ਸਾਰਾ ਵਿਲੇਜ ਇੱਦਾਂ ਵਾ ਤੇ ਦੇਖੋ ਸਾਰਾ ਸਮੁੰਦਰ ਆ ਤੇ ਆਸੇ ਪਾਸੇ ਸਾਰੇ ਜਿੱਦਾਂ ਮਾਊਂਟੇਨ ਹੀ ਆ ਫਿਰ ਉੱਧਰਲੀ ਸਾਈਡ ਵੀ ਸਮੁੰਦਰ ਆ ਜਾਂਦਾ ਬੈਕ ਸਾਈਡ ਇੱਧਰ ਵੀ ਤੇ ਹਾਂਜੀ ਫਰੈਂਡਸ ਇਹ ਆ ਚਰਚ ਕ੍ਰਿਸਚਨ ਹਰ ਮਜ਼ਹਬ ਦੇ ਬੰਦੇ ਆ ਸਕਦੇ ਆ ਕੋਈ ਵੀ ਆ ਸਕਦਾ ਪਰ ਚਰਚ ਹੀ ਕਹਿੰਦੇ ਆ ਡਿਟੇਲ ਦੇ ਵਿੱਚ ਤੇ ਬਹੁਤ ਸੋਹਣਾ ਚਰਚ ਬਣਿਆ ਹੋਇਆ ਤੇ ਉਹ ਮਿਊਜ਼ਿਕ ਕਰ ਰਹੇ ਆ ਬਹੁਤ ਹੀ ਵਧੀਆ ਦੇਖੋ ਇਹ ਵੀ ਰੌਕ ਲਾਏ ਹੋਏ ਆ ਥੱਲੇ
ਅਕਸਰ ਤੁਸੀਂ ਇਹ ਫਿਲਮਾਂ 'ਚ ਦੇਖਿਆ ਹੋਊਗਾ, ਅਸੀਂ ਤੁਹਾਨੂੰ ਰੇਲ 'ਚ ਦਿਖਾ ਰਹੇ ਹਾਂ। ਇਹ ਬਲੌਗ ਤੁਹਾਨੂੰ ਅੱਜ ਮਿਲ ਜੂਗਾ, ਅੱਧਾ ਬਲੌਗ ਤੁਹਾਨੂੰ ਅੱਜ ਮਿਲ ਜੂਗਾ ਅਤੇ ਅੱਧਾ ਕੱਲ੍ਹ ਮਿਲੂਗਾ। ਦੇਖੋ ਅਸੀਂ ਹੁਣ ਆਰਡਰ ਨੂੰ ਲੱਗੇ ਹਾਂ। ਦੇਖੋ ਕਿੱਦਾਂ ਘੁੰਮ ਰਹੇ ਆ, ਦੇਖੋ ਇੱਦਾਂ ਲੱਗਦਾ ਜਿੱਦਾਂ ਜੰਨਤ ਹੁੰਦੀ ਆ। ਟ੍ਰੀ ਦੇਖੋ ਕਿੰਨਾ ਵਧੀਆ, ਝੀਲ ਦਾ ਟ੍ਰੀ ਹੈ ਇਹ। ਮਿਊਜ਼ਿਕ ਕਰ ਰਹੇ ਆ ਉਹ, ਅਤੇ ਮਿਊਜ਼ਿਕ ਦੀ ਆਵਾਜ਼ ਜਿਹੜੀ ਆ ਉਹ ਬਹੁਤ ਆ ਰਹੀ ਆ। ਦੇਖੋ ਆਲੀਸ਼ਾਨ ਤੇ ਦੋਨੋਂ ਜਣੇ ਪਲੇ ਕਰ ਰਹੇ ਆ। ਆਹ ਦੇਖੋ ਪਿੱਛੇ ਬੀਚ, ਆਹ ਦੇਖੋ ਬੀਚ ਹੀ ਆ ਸਾਰਾ। ਸਾਰਾ ਬੀਚ ਹੀ ਆ। ਹਾਂਜੀ ਹੁਣ ਅਸੀਂ ਜਾ ਰਹੇ ਹਾਂ ਨੀਚੇ ਨੂੰ। ਦੇਖੋ ਤੁਸੀਂ ਉਹ ਸਾਰੇ ਪਥਰੀਲੇ ਆ, ਬਿਲਕੁਲ ਪਥਰੀਲੇ ਪਹਾੜ ਆ। ਦੇਖੋ ਕਿੰਨੀ ਉਚਾਈ ਦੇ ਵਿੱਚ ਸੀ ਇਹ, ਕਿੰਨੀ ਹਾਈਟ ਆ ਇਹਨਾਂ ਦੀ ਮਾਊਂਟੇਨਸ ਦੀ। ਥੱਲੇ ਸਾਰੇ ਘਰ ਦੂਰ ਦੂਰ ਤੱਕ ਦਿਖ ਰਹੇ ਆ। ਦੇਖੋ ਲੋਕਾਂ ਨੇ ਕਿੱਥੇ ਆਪਣਾ ਟਿਕਾਣੇ ਬਣਾਏ ਹੋਏ ਆ ਰਹਿਣ ਦੇ, ਕਿੰਨੀ ਦੂਰ ਦੂਰ ਤੱਕ ਮੰਜ਼ਿਲਾਂ ਬਣਾਈਆਂ ਹੋਈਆਂ, ਜਿੱਥੇ ਜਿੱਥੇ ਕੰਮ ਆ ਉੱਥੇ ਉੱਥੇ ਲੋਕ ਰਹਿੰਦੇ ਆ। ਇੱਥੋਂ ਕਾਫੀ ਦੂਰ ਪੈ ਜਾਂਦਾ ਜਿੱਦਾਂ ਸ਼ਹਿਰ ਸਿਟੀ ਕੋਈ ਵੀ ਗਰੋਸਰੀ ਸ਼ੋਪਿੰਗ ਕਰਨ ਲਈ। ਲੋਕਲ ਸ਼ੋਪਸ ਹੈਗੀਆਂ ਵਾ ਪਰ ਆਪਾਂ ਕੋਸਟਲੀ ਬਹੁਤ ਉਹ, ਤਾਂ ਇੱਕ ਲਵਾਦੀਆ ਹੀ ਜਾਣਾ ਪੈਂਦਾ ਆਪਾਂ ਨੂੰ ਇੱਥੋਂ ਕੋਈ ਵੀ ਚੀਜ਼ ਖਰੀਦਣ ਲਈ। ਜੇ ਨੋਰਮਲ ਤੁਹਾਨੂੰ ਐਮਰਜੈਂਸੀ ਚਾਹੀਦੀ ਹੈ ਤਾਂ ਤੁਸੀਂ ਵੀ ਲੈ ਵੀ ਸਕਦੇ ਆ। ਬੱਚਿਓ ਥੱਲੇ ਬੈਠ ਜਾਓ, ਸਲੋ ਸਲੋ ਜਾਣਾ ਪੈ ਰਿਹਾ। ਕਿਹੜਾ ਧਿਆਨ ਬੱਚਿਓ ਬੈਠ ਜਾਓ, ਦੇਖੋ ਕਿੰਨੇ ਡੂੰਘੇ ਮਾਊਂਟੇਨ ਆ, ਬੈਠ ਜਾਓ। ਹਾਂ ਸ਼ਰਾਰਤ ਨਹੀਂ ਕਰਨੀ ਬਿਲਕੁਲ ਵੀ ਆਲੀਸ਼ਾਨ, ਨਹੀਂ ਕਰਦੇ ਆਪਾਂ। ਆਲੀਸ਼ਾਨ ਇੱਦਾਂ ਹੀ ਕਹਿੰਦੀ ਨਹੀਂ ਕਰਦੇ। ਦੇਖੋ ਸਲੋ ਸਲੋ ਜਾਣਾ ਪੈ ਰਿਹਾ ਕਿਉਂਕਿ ਬਹੁਤ ਥੱਲੇ ਨੂੰ ਇੱਕਦਮ ਥੱਲੇ ਨੂੰ ਜਿੱਦਾਂ ਗੱਡੀ ਨੂੰ ਸਲੋ ਸਲੋ ਲੈ ਕੇ ਜਾਣਾ ਪੈ ਰਿਹਾ, ਖਿਸਕ ਵੀ ਸਕਦੀ ਹੈ ਨਾ, ਤੇ ਬਹੁਤ ਰਿਸਕੀ ਆ। ਜੇ ਮੈਨੂੰ ਲੱਗਦਾ ਵੀ ਸਨੋ ਹੋਵੇ ਤੇ ਬਾਰਿਸ਼ ਹੋਵੇ ਤਾਂ ਬਹੁਤ ਰਿਸਕੀ ਹੈ, ਬਹੁਤ ਰਿਸਕੀ। ਅਸੀਂ ਨੀਚੇ ਨੂੰ ਉਤਰ ਰਹੇ ਹਾਂ।